ਚੰਨੀ ਨੂੰ ਮਿਲਣ ਗਏ ਨਰਸਿੰਗ ਸਟਾਫ ਤੇ ਪੁਲਿਸ ਦਾ ਡੰਡਾ ਗ੍ਰਿਫਤਾਰ। ਕੋਰੋਨਾ ਮਹਾਮਾਰੀ ਦੌਰਾਨ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦੀ ਦੇਖਰੇਖ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਰੱਖੇ ਗਏ ਵਿਸ਼ੇਸ਼ ਨਰਸਿੰਗ ਸਟਾਫ ਨੂੰ ਸਰਕਾਰ ਵੱਲੋਂ ਕੱਢੇ ਜਾਣ ਅਤੇ ਉਹਨਾਂ ਨੂੰ ਮਾਣ ਭੱਤਾ ਨਾ ਦੇਣ ਵਿਰੁੱਧ ਅੰਦੋਲਨ ਕਰ ਰਹੇ ਪਰਿਵਾਰਾਂ ਵੱਲੋਂ ਅੱਜ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ, ਪਰ ਮੁੱਖ ਮੰਤਰੀ ਨੂੰ ਮਿਲਣ ਦੀ ਬਜਾਏ ਇਹਨਾਂ ਨੂੰ ਪੁਲਿਸ ਦੇ ਧੱਕੇ ਦਾ ਸ਼ਿਕਾਰ ਹੋਣਾ ਪਿਆ ਅਤੇ ਜੇਲ੍ਹ ਵਿੱਚ ਜਾਣਾ ਪਿਆ। ਕਈ ਦਿਨਾਂ ਤੋਂ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਵਿੱਚ ਨਰਸਿੰਗ ਸਟਾਫ, ਕਦੇ ਉਹਨਾਂ ਦੇ ਘਰ ਖਰੜ ਅਤੇ ਕਦੇ ਉਹਨਾਂ ਦੇ ਸਰਕਾਰੀ ਘਰ ਚੰਡੀਗੜ੍ਹ ਵਿੱਚ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸੇ ਕੋਸ਼ਿਸ਼ ਵਿੱਚ ਅੱਜ ਪੰਜਾਬ ਭਵਨ ਪਹੁੰਚ ਗਏ, ਜਿੱਥੇ ਕਿ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਵਿਚਕਾਰ ਮੀਟਿੰਗ ਹੋਣੀ ਸੀ। ਅੰਦੋਲਨਕਾਰੀ 2 ਵਜੇ ਤੋਂ ਲੈ ਕੇ 4 ਵਜੇ ਤੱਕ ਇੰਤਜ਼ਾਰ ਕਰਦੇ ਰਹੇ ਅਤੇ ਇਸ ਉਮੀਦ ਵਿੱਚ ਰਹੇ ਕਿ ਅੱਜ ਚੰਨੀ ਨੂੰ ਮਿਲ ਕੇ ਉਹਨਾਂ ਦਾ ਮਸਲਾ ਹੱਲ ਹੋ ਜਾਵੇਗਾ, ਪਰ 4 ਵਜੇ ਚੰਨੀ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਨੇ ਉਹਨਾਂ ਨੂੰ ਧੱਕੇ ਮਾਰ ਕੇ ਗ੍ਰਿਫਤਾਰ ਕਰ ਲਿਆ। ਜਿੱਥੇ ਨਰਸਿੰਗ ਸਟਾਫ ਦੇ ਅੰਦੋਲਨਕਾਰੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ, ਉੱਥੇ ਹੀ ਪੰਜਾਬ ਹੋਮਗਾਰਡ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਅੰਤਵਾਦ ਨਾਲ ਲੜੀ ਲੜਾਈ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਵੱਲੋਂ ਵੀ ਅੱਜ ਮੁੱਖ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਸੀ। ਸਾਨੂੰ ਵੀ ਰੈਗੂਲਰ ਕੀਤਾ ਜਾਵੇ, ਅਸੀਂ ਨਰਸਿੰਗ ਸਟਾਫ ਹਾਂ ਜਿਹੜੇ ਨੇ ਕੋਵਿਡ ਮਹਾਮਾਰੀ ਦੇ ਵਿੱਚ ਕੰਮ ਕੀਤਾ ਹੈ। ਤੇ ਕੋਈ ਅੰਦਰ ਪਹਿਲਾਂ ਵੀ ਤੁਹਾਡੀ ਗੱਲਬਾਤ ਹੋਈ ਹੈ ਚੰਨੀ ਨਾਲ ਜਾਂ ਕਿਸੇ ਹੋਰ ਨਾਲ? ਨਹੀਂ ਜੀ, ਸਾਨੂੰ 5 ਦਿਨ ਹੋ ਗਏ ਅਸੀਂ ਸੀਐਮ ਹਾਊਸ ਨੌਕਰੀ ਦੇ ਦਿੰਦੇ ਹੋ ਗੁਰਪ੍ਰੀਤ ਕਾਂਗੜ ਦੇ ਜਮਾਈ ਨੂੰ, ਜਿਹੜੇ ਕਿ 10 ਕਰੋੜ ਦੀ ਪ੍ਰਾਪਰਟੀ ਦੇ ਮਾਲਕ ਸਨ, ਉਹਨਾਂ ਨੂੰ ਉਹ ਗਰੀਬ ਸਮਝ ਕੇ ਉਹਨਾਂ ਨੂੰ ਟੈਕਸ ਦੇ ਆਧਾਰ ਤੇ ਨੌਕਰੀ ਦਿੱਤੀ ਗਈ। ਜਾਂ ਅਸੀਂ ਮੁਲਾਜ਼ਮਾਂ ਦੇ ਦਾਸ ਨਹੀਂ, ਸਾਡਾ ਹੱਕ ਨਹੀਂ ਬਣਦਾ। ਸਾਡੇ ਪਿਤਾ ਜੋ ਹੋਮ ਡਿਊਟੀ ਡੈਥ ਹੋਏ ਨੇ, ਸ਼ਹੀਦ ਮੰਨਿਆ ਜਾਂਦਾ ਸਾਡੇ ਬਾਪ ਮੁਲਾਜ਼ਮ, ਪਰ ਪੰਜਾਬ ਸਰਕਾਰ ਦੇ ਮਲੈਕੀਆਂ ਕਰਕੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ। ਮਹਿਲਾ ਨਰਸਿੰਗ ਇੱਥੇ ਪਹੁੰਚੀਆਂ ਸਨ ਆਪਣੇ ਮੰਗਾਂ ਨੂੰ ਲੈ ਕੇ।